ਲੈ ਜਾ ਇਹਨੂੰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੋਰੋਨਾ ਵਾਇਰਸ ਕਰਕੇ ਕਰਫਿਊ ਜਾਰੀ ਹੈ, ਗਰੀਬਾਂ ਦੇ ਘਰਾਂ ਵਿੱਚ ਰਾਸ਼ਨ ਖਤਮ ਹੋ ਚੁੱਕਿਆ ਹੈ, ਪਰ ਪੰਜਾਬ ਪੁਲਿਸ ਦਾ ਅਹਿਮ ਉਪਰਾਲਾ ਘਰ ਘਰ ਵਿੱਚ ਰਾਸ਼ਨ ਪਹੁੰਚਾਉਣ ਦਾ ਕੰਮ ਲਗਾਤਾਰ ਜਾਰੀ ਹੈ। ਮੈਲਬਰ ਪੁਲਿਸ ਜਨਤਾ ਦੀ ਸੇਵਾ ਲਈ ਹਾਜ਼ਰ ਹੈ, ਜਨਤਾ ਵੀ ਸਹਿਯੋਗ ਦੇ ਰਹੀ ਹੈ। ਮੈਲਬਰ ਪੁਲਿਸ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ, ਪਰ ਮੂਰਖਤਾ ਦੀ ਉਸ ਸਮੇਂ ਹੱਦ ਹੋ ਗਈ ਜਦੋਂ ਰਾਸ਼ਨ ਦੇਣ ਗਏ ਤਾਂ ਇਹ ਸ਼ਖਸ ਕੀ ਕਹਿ ਰਿਹਾ ਹੈ ਜਰਾ ਸੁਣ ਲਓ। ਲੈ ਜਾ ਇਹਨੂੰ ਇਹ ਤਾਂ ਹੁਣ ਤੁਸੀਂ ਅੰਦਾਜ਼ਾ ਹੀ ਲਗਾ ਸਕਦੇ ਹੋ ਇਹ ਸਹੀ ਹੈ ਜਾਂ ਗਲਤ। ਇਹ ਭੁੱਖ ਵੀ ਕੈਸੀ ਚੀਜ਼ ਰੱਬਾ ਬੰਦੇ ਨੂੰ ਪੜ੍ਹਨਾ ਪਾ ਦਿੰਦੀ, ਜੇ ਆ ਜੇ ਕਿਤੇ ਆਈ ਤੇ ਰਾਜੇ ਤੋਂ ਭੀਖ ਮੰਗਾ ਦਿੰਦੀ।